ਆਪਾਂ ਜੀ ਪਹੁੰਚੇ ਹਾਂ ਜੀ ਹੁਣ ਉਸ ਛੱਪੜੀ ਤੇ ਜੀ, ਜਿਸ ਜਗ੍ਹਾ ਨਹਾਉਣ ਨਾਲ ਸਰੀਰ ਦੀਆਂ ਜਿਹੜੀਆਂ ਤਕਲੀਫਾਂ ਨੇ ਜੀ ਉਹ ਦੂਰ ਹੁੰਦੀਆਂ ਨੇ। ਇੱਕ ਤੁਸੀਂ ਹੋਰ ਉਰੇ ਹੋਰ ਗੱਲ ਦੇਖੋ, ਇਹ ਬਰੋਟਾ ਦੇਖੋ ਤੁਸੀਂ ਕਿੰਨਾ ਪੁਰਾਣਾ ਇਹ ਬਰੋਟਾ ਆ ਜੀ। ਇਹ ਉਸੇ ਵੇਲੇ ਦਾ ਮੌਜੂਦ ਆ ਜੀ ਬਰੋਟਾ, ਤੇ ਕਿੱਡਾ ਵੱਡਾ ਬਰੋਟਾ ਆ। ਤੇ ਇਹ ਆ ਜੀ ਸਪੇਸ ਦਿੱਤੀ ਹੋਈ, ਉਰੇ ਆਪਾਂ ਆਪਣਾ ਵਹੀਕਲ ਉਰੇ ਪਾਰਕ ਕਰ ਸਕਦੇ ਹਾਂ ਜੀ। ਪਾਰਕ ਵਹੀਕਲ ਕਰਨ ਤੋਂ ਬਾਅਦ ਜੀ ਆਪਾਂ ਚੱਲਦੇ ਹਾਂ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ, ਉਸ ਛੱਪੜੀ ਨੂੰ ਦੇਖਦੇ ਹਾਂ ਜੀ, ਜਿਹਦੇ ਨਹਾਉਣ ਨਾਲ ਪਾਣੀ ਵਿੱਚ ਨਹਾਉਣ ਨਾਲ ਕਈ ਤਕਲੀਫਾਂ ਦੂਰ ਹੁੰਦੀਆਂ ਨੇ ਜੀ। ਇੱਕ ਰੋਚਕ ਤੱਥ ਜੁੜਿਆ ਹੋਇਆ ਜੀ, ਇਤਿਹਾਸਿਕ ਤੱਥ, ਆਪਾਂ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਜੀ। ਇੱਥੇ ਜੀ ਆਪਾਂ ਹੱਥ ਪੈਰ ਚੰਗੀ ਤਰ੍ਹਾਂ ਧੋ ਕੇ ਚੱਲਦੇ ਹਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਇੱਕ ਤੁਹਾਨੂੰ ਉਰੇ ਜ਼ਰੂਰੀ ਬੇਨਤੀ ਆ ਜੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ, ਆ ਤੁਸੀਂ ਪੜ੍ਹ ਸਕਦੇ ਹੋ, ਬੀਬੀਆਂ ਨੂੰ ਬੇਨਤੀ ਹੈ ਕਿ ਇੱਥੇ ਇਸ਼ਨਾਨ ਕਰਕੇ ਆਪਣੇ ਬੱਚਿਆਂ ਦੇ ਕੱਪੜੇ ਛੱਡ ਕੇ ਜਾਣਾ ਸਖ਼ਤ ਮਨਾ ਆ। ਇਹ ਸਿੱਖ ਰਹਿਤ ਮਰਿਆਦਾ ਅਨੁਸਾਰ ਗਲਤ ਆ ਜੀ। ਜਾਣੀ ਕਈ ਲੋਕ ਆਉਂਦੇ ਨੇ ਜੀ ਉਰੇ, ਜਾਣੀ ਜੇ ਪ੍ਰੋਬਲਮ ਸਰੀਰਕ ਹੁੰਦੀ ਆ ਤਾਂ ਕੱਪੜੇ ਉਰੇ ਹੀ ਲਾ ਕੇ ਸਿੱਟ ਦਿੰਦੇ ਨੇ ਜੀ। ਜਾਣੀ ਕੱਪੜੇ ਆਪਣੇ ਨਾਲ ਜ਼ਰੂਰ ਲੈ ਕੇ ਜਾਇਆ ਕਰੋ ਜੀ। ਆ ਜਾਓ ਹੁਣ ਆਪਾਂ ਉਸ ਇਤਿਹਾਸਿਕ ਛੱਪੜੀ ਦੇ ਦਰਸ਼ਨ ਕਰਦੇ ਹਾਂ ਜੀ, ਬਣੇ ਰਹੋ ਪੂਰੀ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਜੀ। ਸੰਗਤਾਂ ਨੂੰ ਬੇਨਤੀ ਹੈ ਕਿ ਇਸ ਛੱਪੜੀ ਵਿੱਚ ਹੱਥ ਪੈਰ ਧੋਣਾ, ਨੰਗੇ ਸਿਰ ਜਾਣਾ ਅਤੇ ਇਸ ਦੇ ਅੰਦਰ ਇਸ਼ਨਾਨ ਕਰਨਾ ਮਨਾ ਹੈ ਜੀ। ਛੱਪੜੀ ਤੋਂ ਨਾ ਆਪਾਂ ਜਲ ਲੈ ਸਕਦੇ ਹਾਂ, ਬਾਲਟੀ ਨਾਲ ਜਲ ਲੈ ਕੇ ਇਸ ਛੱਪੜੀ ਦੇ ਵਿੱਚੋਂ ਜੀ ਬਾਹਰ ਆ ਕੇ ਇਹਦੇ ਨਾਲ ਇਸ਼ਨਾਨ ਕਰ ਸਕਦੇ ਹਾਂ, ਪਾਣੀ ਪੀ ਸਕਦੇ ਹਾਂ ਜੀ। ਜਾਣੀ ਇਹਦੇ ਵਿੱਚ ਇੱਥੇ ਜੀ ਇਸ ਜਗ੍ਹਾ ਜੀ ਇਸ਼ਨਾਨ ਕਰਨਾ ਜਾਂ ਹੱਥ ਧੋਣੇ ਉਹ ਮਨਾਹੀ ਆ ਜੀ। ਜੇਕਰ ਅਸੀਂ ਆਪਾਂ ਪੀਣ ਲਈ ਪਾਣੀ ਘਰ ਨੂੰ ਲੈ ਕੇ ਜਾਣਾ ਆ ਤਾਂ ਇਸ ਛੱਪੜੀ ਤੋਂ ਲੈ ਕੇ ਜਾ ਸਕਦੇ ਹਾਂ। ਜਾਣੀ ਅਸੀਂ ਉਰੇ ਸੇਵਾਦਾਰ ਨੂੰ ਮਿਲੇ ਹਾਂ ਜੀ, ਉਹ ਸਾਡੇ ਨਾਲ ਗੱਲ ਕਰਦਾ ਸੀਗਾ। ਇੱਕ ਨਾ ਮਾਛੀ ਬਾੜੇ ਦਾ ਬੰਦਾ ਸੀਗਾ ਜੀ, ਉਹ ਨਾ ਜਦੋਂ ਉਹਦੀਆਂ ਲੱਤਾਂ ਖੜ ਗਈਆਂ ਸੀ, ਉਸਨੇ 5 ਐਤਵਾਰ ਜੀ ਇਸ ਜਗ੍ਹਾ ਦੇ ਉੱਤੇ ਸ਼ਰਧਾ ਭਾਵਨਾ ਨਾਲ ਇਸ਼ਨਾਨ ਕੀਤਾ ਤਾਂ ਤੁਸੀਂ ਯਕੀਨ ਮੰਨਿਓ ਉਸ ਬੰਦੇ ਦੀਆਂ ਲੱਤਾਂ ਚੱਲਦੀਆਂ ਹੋ ਗਈਆਂ ਜੀ। ਜਾਣੀ ਹਜ਼ਾਰਾਂ ਲੋਕ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਜੀ, ਇਸ਼ਨਾਨ ਕਰਦੇ ਨੇ ਇਸ ਛੱਪੜੀ ਦੇ ਵਿੱਚ ਜੀ, ਅਤੇ ਚਮੜੀ ਦੇ ਰੋਗ ਉਹਨਾਂ ਲੋਕਾਂ ਦੇ ਜੀ ਜਿਹੜੇ ਆਉਂਦੇ ਨੇ ਇਸ਼ਨਾਨ ਕਰਦੇ ਨੇ, ਉਹਨਾਂ ਦੇ ਦੂਰ ਹੁੰਦੇ ਨੇ ਜੀ। ਤੁਸੀਂ ਵੀ ਜ਼ਰੂਰ ਜੀ ਇੱਕ ਵਾਰ ਇਸ ਛੱਪੜੀ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ। ਆਪਾਂ ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ, ਅਤੇ ਇਹ ਆ ਜੀ ਇਤਿਹਾਸ ਤਪ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਬਾਬੇ ਗੋਖੇ ਦੀ ਛੱਪੜੀ ਜੀ। ਇਹ ਤੁਸੀਂ ਪੜ੍ਹ ਸਕਦੇ ਹੋ ਸਾਰਾ ਇਤਿਹਾਸ ਜੀ। ਇਸ ਜਗ੍ਹਾ ਦੇ ਦਰਸ਼ਨ ਕਰਨ ਤੋਂ ਬਾਅਦ ਜੀ ਆਪਾਂ ਚੱਲਾਂਗੇ ਜੀ ਉਸ ਜਗ੍ਹਾ ਵੱਲ ਨੂੰ ਜਿਸ ਜਗ੍ਹਾ ਬਾਬਾ ਜੀ ਖੇਤੀ ਕਰਦੇ ਹੁੰਦੇ ਸੀਗੇ ਜੀ। ਇੱਕ ਗੱਲ ਉਰੇ ਤੁਹਾਨੂੰ ਨਾ ਆਪਾਂ ਹੋਰ ਕਰਦੇ ਹਾਂ, ਇਸ ਜਗ੍ਹਾ ਦੇ ਉੱਤੇ ਨਾ ਖੂਹ ਚੱਲਦਾ ਹੁੰਦਾ ਸੀ ਉਸ ਵੇਲੇ ਬਾਬਾ ਜੀ ਜਦੋਂ ਭਗਤੀ ਕਰਦੇ ਹੁੰਦੇ ਸੀਗੇ। ਜਦੋਂ ਆਪਾਂ ਹਲਟ ਚੱਲਦੇ ਨੇ ਨਾ, ਇੱਕ ਕੁੱਤਾ ਹੁੰਦਾ ਆ ਉਹਨੂੰ ਰੋਕਦਾ ਅਗਰਾਰੀ ਨੂੰ, ਉਹਦੇ ਵਿੱਚ ਉਹ ਟੱਕ 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 ਦੀ ਆਵਾਜ਼ ਕਰਦਾ ਹੁੰਦਾ ਸੀਗਾ, ਅਤੇ ਜਿਹੜਾ ਉਰੇ ਸੇਵਾਦਾਰ ਹੁੰਦਾ ਸੀ ਸੇਵਾ ਕਰਦਾ ਸੀ, ਉਹਨੇ ਉਹ ਕੁੱਤਾ ਨਾ ਚੱਕਤਾ ਵੀ ਸਾਊਂਡ ਨਾ ਕਰੇ, ਆਵਾਜ਼ ਨਾ ਕਰੇ। ਤਾਂ ਬਾਬਾ ਜੀ ਜਦੋਂ ਉੱਠੇ ਤਾਂ ਬਾਬਾ ਜੀ ਨੇ ਕਿਹਾ, ਭਾਈ ਉਹ ਕੁੱਤਾ ਕਦੇ ਚੱਕਦਾ ਤੂੰ, ਵੀ ਉਹ ਸਾਊਂਡ ਨਹੀਂ ਕਰਦਾ, ਬੋਲ ਨਹੀਂ ਰਿਹਾ। ਕਹਿੰਦਾ ਬਾਬਾ ਜੀ ਮੈਂ ਤਾਂ ਚੱਕਦਾ ਵੀ ਤੁਹਾਡੀ ਭਗਤੀ ਦੇ ਵਿੱਚ ਵਿਘਨ ਨਾ ਪਵੇ। ਬਾਬਾ ਜੀ ਕਹਿੰਦੇ ਭਾਈ ਹੁਣ ਲੋੜ ਨਹੀਂ ਪੈਣੀ ਹੈਗੀ, ਅੱਜ ਤੋਂ ਬਾਅਦ ਉਹ ਕੁੱਤਾ ਜਿਹੜਾ ਹੁੰਦਾ ਉਹ ਲੱਗਦਾ ਲੌਕ ਜਿਹਾ ਵੀ ਉਹ ਆਵਾਜ਼ ਨਹੀਂ ਕਰੂਗਾ ਜੀ। ਅਤੇ ਉਸ ਤੋਂ ਬਾਅਦ ਜੀ ਉਸ ਜਿਹੜਾ ਕੁੱਤਾ ਸੀਗਾ ਉਹਨੇ ਮੁੜ ਕੇ ਆਵਾਜ਼ ਨਹੀਂ ਕੀਤੀ ਇਸ ਜਗ੍ਹਾ ਦੇ ਉੱਤੇ ਜੀ। ਆ ਜਾਓ ਆਪਾਂ ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਹਰਿਆਲੀ ਹੈ ਜੀ ਇਸ ਸਥਾਨ ਉੱਪਰ, ਅਤੇ ਇਹ ਹੈ ਜੀ ਅੱਜ ਦਾ ਹੁਕਮਨਾਮਾ ਸਾਹਿਬ। ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਜੀ। ਉਹ
ਉਸ ਸਾਈਡ ਲੱਗਿਆ ਹੋਇਆ ਜੀ ਨਿਸ਼ਾਨ ਸਾਹਿਬ। ਇਹ ਹੈ ਜੀ ਸੋਹਣਾ ਉੱਚਾ ਨਿਸ਼ਾਨ ਸਾਹਿਬ, ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਆਓ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਪਾਂ ਦਰਸ਼ਨ ਕਰੀਏ ਜੀ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਤਪ ਅਸਥਾਨ ਦੇ ਜੀ। ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ, ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ। ਚੈਨਲ 'ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਆਪਾਂ ਸਭ ਨੇ ਮਿਲ ਕੇ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹਨ। ਆਓ ਹੁਣ ਆਪਾਂ ਚੱਲਦੇ ਹਾਂ ਇਤਿਹਾਸਕ ਬੇਰੀ ਦੇ ਦਰਸ਼ਨ ਕਰਦੇ ਹਾਂ ਜੀ। ਇਹ ਆ ਜੀ ਉਹ ਇਤਿਹਾਸਕ ਬੇਰੀ ਜੀ ਜਿਹੜੀ ਬਾਬਾ ਅਤਰ ਸਿੰਘ ਜੀ ਨੇ ਜੀ ਆਪਣੇ ਹੱਥੀ ਲਾਈ ਸੀ ਜੀ, ਅੱਜ ਵੀ ਮੌਜੂਦ ਆ ਜੀ ਇਹ ਬੇਰੀ। ਤੁਸੀਂ ਦੇਖ ਸਕਦੇ ਹੋ ਹਰੀ ਭਰੀ ਬੇਰੀ ਆ ਜੀ। ਤੁਸੀਂ ਸਾਡੀ ਪਿਛਲੀ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਣਾ ਆ, ਆਪਾਂ ਕਈ ਅਸਥਾਨ ਘੁੰਮੇ ਨੇ ਜੀ ਦਸਵੇਂ ਪਾਤਸ਼ਾਹ ਜੀ ਦੇ ਘੁੰਮੇ ਨੇ ਜੀ, ਉਹਨਾਂ ਦੇ ਉੱਤੇ ਵੀ ਦਸਵੇਂ ਪਾਤਸ਼ਾਹ ਨੇ ਕਈ ਬੇਰੀਆਂ ਜਾਂ ਦਰਖਤ ਲਾਏ ਸੀ, ਰੁੱਖ ਲਾਏ ਸੀ ਜੀ। ਅੱਜ ਵੀ ਉਹ ਹਰੇ ਭਰੇ ਨੇ ਅਤੇ ਇਹ ਬੇਰੀ ਵੀ ਜੀ ਅੱਜ ਵੀ ਹਰੀ ਭਰੀ ਆ ਜੀ ਇਸ ਅਸਥਾਨ ਦੇ ਉੱਤੇ ਗੋਖੇ ਦੀ ਛੱਪੜੀ ਵਿਖੇ ਜੀ। ਆਪਾਂ ਸਭ ਨੇ ਮਿਲ ਕੇ ਜੀ ਗੋਖੇ ਛੱਪੜੀ ਬਾਬਾ ਜੀ ਦੇ ਦੂਸਰੇ ਤਪ ਅਸਥਾਨ ਦੇ ਦਰਸ਼ਨ ਕਰ ਲਏ ਹਨ। ਆਓ ਹੁਣ ਆਪਾਂ ਚੱਲਦੇ ਹਾਂ ਉਸ ਅਸਥਾਨ ਵੱਲ ਜਿੱਥੇ ਬਾਬਾ ਜੀ ਖੇਤੀ ਕਰਦੇ ਹੁੰਦੇ ਸਨ ਅਤੇ ਬਾਬਾ ਜੀ ਦਾ ਤੀਸਰਾ ਤਪ ਅਸਥਾਨ ਬਣਿਆ ਹੋਇਆ ਜੀ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਜਦੋਂ ਇਸ ਅਸਥਾਨ ਦੇ ਉੱਤੇ ਆਏ ਹਾਂ ਜੀ ਦਰਸ਼ਨ ਕਰਨ ਤਾਂ ਸਾਨੂੰ ਇਹ ਵੀਰ ਮਿਲਿਆ ਆ ਤੇ ਇਹ ਆ ਜੀ ਵੀਰ, ਇਹ ਵੀਰ ਰਾੜਾ ਸਾਹਿਬ ਦੇ ਕੋਲੋਂ ਆਇਆ ਜੀ ਤੇ ਇਸ ਵੀਰ ਨਾਲ ਅਸੀਂ ਗੱਲ ਕੀਤੀ ਆ ਤੇ ਵੀਰ ਦੀ ਮੂੰਹੋਂ ਵੀ ਸੁਣਦੇ ਹਾਂ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਤੁਸੀਂ ਉਰੇ ਆਉਂਦੇ ਹੋ ਕੋਈ ਫਰਕ ਪੈਂਦਾ ਜੀ? ਹਾਂਜੀ ਵਾਹਿਗੁਰੂ ਜੀ ਮਹਾਰਾਜ ਦੀ ਬਹੁਤ ਪਰਮਾਤਮਾ ਦੀ ਮਹਿਮਾ ਵੀ ਸੰਤਾ ਮਹਾਪੁਰਸ਼ਾਂ ਦੀ। ਅੱਛਾ ਜੀ, ਜਦੋਂ ਵੀ ਆਈ ਤਾਂ ਹਾਜ਼ਰੀ ਭਰੀ ਦੀ ਮਹਾਰਾਜ ਸੇਵਾ ਤੇ ਉਤਸ਼ਾਹਿਤ ਕਰਦੇ ਨੇ ਵਾਹਿਗੁਰੂ। ਬਹੁਤ ਤਪ ਸਥਾਨ ਦੀ ਮੰਨਦੇ ਜਿਵੇਂ ਤੁਸੀਂ ਸਾਨੂੰ ਦੱਸਿਆ ਆ, ਅੱਜ ਤੁਸੀਂ ਤੀਜੀ ਵਾਰ ਆਏ ਹੋ ਇਸ ਜਗ੍ਹਾ ਇਸ਼ਨਾਨ ਕਰਦੇ ਹੋ, ਬਿਲਕੁਲ ਫਰਕ ਪੈਂਦਾ ਆ? ਪੈਂਦਾ ਜੀ ਵਾਹਿਗੁਰੂ ਜੀ, ਸੇਵਾ ਵੱਲ ਮਹਾਰਾਜ ਜ਼ਰੂਰ ਤੋੜਦੇ ਨੇ, ਚਾਹੇ ਦੁਖੀ ਜਿੰਨਾ ਵੀ ਮਰਜ਼ੀ ਬੰਦਾ ਜਿੰਨਾ ਵੀ ਭਾਵੇਂ ਹੈਗਾ ਕਮਜ਼ੋਰ ਜੀ, ਉਹ ਸੇਵਾ ਵੱਲ ਉਤਸ਼ਾਹਿਤ ਹੁੰਦਾ ਜੀ ਸੇਵਾ ਤੋਂ ਜੀ, ਮਹਾਰਾਜ ਦੇ ਘਰੋਂ ਕਰ ਮੰਨਿਓ ਜੀ ਬਹੁਤ ਸੰਗਤ ਝਾੜੂ ਦੀ ਸੇਵਾ ਚਾਹੇ ਕੋਈ ਵੀ ਕਰਕੇ ਤੋਂ ਉਹ ਬੰਦਾ ਜੀ ਅੱਗੋਂ ਉਤਸ਼ਾਹਿਤ ਹੋ ਜਾਂਦਾ ਆਤਮਾ ਵੱਲੋਂ ਜੀ। ਹਾਂਜੀ ਬਹੁਤ ਸ਼ਕਤੀ ਦੀ ਜਗ੍ਹਾ ਹੈ ਜੀ, ਜਿਹੜੀ ਤੁਸੀਂ ਯਕੀਨ ਮੰਨਿਓ ਜੀ ਇਸ ਜਗ੍ਹਾ ਦੇ ਉੱਤੇ ਜਿਹੜਾ ਬੰਦਾ ਸ਼ਰਧਾ ਭਾਵਨਾ ਲੈ ਕੇ ਆਉਂਦਾ ਇਸ਼ਨਾਨ ਕਰਦਾ ਆ ਤਾਂ ਫਰਕ ਜ਼ਰੂਰ ਪੈਂਦਾ ਹੈ, ਜ਼ਰੂਰ ਪੈਂਦਾ ਹੈ ਜੀ, ਸੱਤ ਵਚਨ ਹੈ ਜੀ। ਆਪਾਂ ਸਭ ਨੇ ਮਿਲ ਕੇ ਜੀ ਇਸ ਸਥਾਨ ਦੇ ਦਰਸ਼ਨ ਕਰ ਲਏ ਹਨ। ਆਓ ਹੁਣ ਆਪਾਂ ਚੱਲਦੇ ਹਾਂ ਉਸ ਸਥਾਨ ਵੱਲ ਜਿੱਥੇ ਬਾਬਾ ਜੀ ਖੇਤੀ ਕਰਦੇ ਹੁੰਦੇ ਸੀ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਆਪਾਂ ਜੀ ਦੋ ਤਪ ਅਸਥਾਨ ਬਾਬਾ ਜੀ ਦੇ ਪੱਕਾ ਭੋਰਾ ਸਾਹਿਬ ਅਤੇ ਗੋਖੇ ਦੀ ਛੱਪੜੀ ਵਿਖੇ ਦਰਸ਼ਨ ਕਰਕੇ ਆਏ ਹਾਂ ਜੀ ਅਤੇ ਇਹ ਤੀਜਾ ਸਥਾਨ ਗੁਰਦੁਆਰਾ ਰੇਰੂ ਸਾਹਿਬ ਵਿਖੇ ਬਾਬਾ ਜੀ ਦਾ ਹੈਗਾ ਆ, ਬਣਿਆ ਹੋਇਆ ਜੀ। ਜੇਕਰ ਤੁਸੀਂ ਉਸ ਤਪ ਅਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਇਸ ਤੀਜੇ ਤਪ ਅਸਥਾਨ ਦੇ ਤਾਂ ਸਾਡੀ ਚੈਨਲ 'ਤੇ ਜਾ ਕੇ ਵੀਡੀਓ ਅਸੀਂ ਪਾਈ ਹੋਈ ਆ, ਤੁਸੀਂ ਉਸ ਵੀਡੀਓ ਦੇ ਵਿੱਚ ਇਸ ਤਪ ਅਸਥਾਨ ਦੇ ਦਰਸ਼ਨ ਕਰ ਸਕਦੇ ਹੋ। ਉੱਪਰ ਆਈ ਬਟਨ ਦੇ ਉੱਤੇ ਵੀ ਕਲਿੱਕ ਕਰਕੇ ਜੀ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ। ਆ ਜਾਓ ਹੁਣ ਆਪਾਂ ਉਸ ਜ਼ਮੀਨ ਨੂੰ ਦੇਖਦੇ ਹਾਂ ਜਿਸ ਜਗ੍ਹਾ ਬਾਬਾ ਜੀ ਨੇ ਖੇਤੀ ਕੀਤੀ ਸੀ ਜੀ।
ਆਪਾਂ ਜੀ ਮੌਜੂਦ ਆ ਹੁਣ ਉਸ ਜ਼ਮੀਨ ਦੇ ਵਿੱਚ ਜੀ ਜਿਸ ਜਗ੍ਹਾ ਬਾਬਾ ਜੀ ਖੇਤੀ ਕਰਦੇ ਹੁੰਦੇ ਸੀਗੇ ਜੀ। ਪੱਕਾ ਭੋਰਾ ਸਾਹਿਬ ਵਿਖੇ ਬਾਬਾ ਜੀ ਸ਼ਾਮ ਨੂੰ ਜਾ ਕੇ ਵਿਸ਼ਰਾਮ ਕਰਦੇ ਹੁੰਦੇ ਸੀਗੇ ਜੀ ਤੇ ਸਾਰਾ ਦਿਨ ਬਾਬਾ ਜੀ ਇੱਥੇ ਬਲਦਾਂ ਦੇ ਨਾਲ ਖੇਤੀ ਕਰਦੇ ਹੁੰਦੇ ਸੀਗੇ ਜੀ। ਤੇ ਇਹ ਆਓ ਜੀ ਉਹ ਜ਼ਮੀਨ। ਇੱਕ ਗੱਲ ਆਪਾਂ ਤੁਹਾਡੇ ਨਾਲ ਹੋਰ ਕਰਦੇ ਹਾਂ, ਬਾਬਾ ਜੀ ਜਦੋਂ ਬਾਬਾ ਜੀ ਨੇ ਸਰੀਰ ਛੱਡਿਆ ਆ ਨਾ ਤਾਂ ਉਹਨਾਂ ਦੇ ਨਾਲ ਚਾਰ ਜਣਿਆਂ ਨੇ ਹੋਰ ਸਰੀਰ ਛੱਡਿਆ ਜੀ। ਦੋ ਬਲਦ ਜਿਹਨਾਂ ਨਾਲ ਬਾਬਾ ਜੀ ਖੇਤੀ ਕਰਦੇ ਹੁੰਦੇ ਸੀ ਉਹ ਵੀ ਉਸੇ ਟਾਈਮ ਬਾਬਾ ਜੀ ਦੇ ਸਰੀਰ ਛੱਡਣ ਤੋਂ ਬਾਅਦ ਜੀ ਉਹਨਾਂ ਨੇ ਵੀ ਸਰੀਰ ਛੱਡਿਆ ਜੀ। ਇੱਕ ਗਾਂ ਜਿਹਨੇ ਉਹ ਬਲਦਾਂ ਨੂੰ ਜਨਮ ਦਿੱਤਾ ਸੀ ਉਸ ਗਾਂ ਨੇ ਵੀ ਸਰੀਰ ਛੱਡਿਆ ਜੀ। ਤੇ ਇਹ ਵੀ ਕਿਹਾ ਜਾਂਦਾ ਬਾਬਾ ਜੀ ਦੇ ਨਾਲ ਇੱਕ ਕੁੱਤਾ ਹੁੰਦਾ ਸੀਗਾ ਜੀ ਜਿਹੜਾ ਹਰ ਟਾਈਮ ਬਾਬਾ ਜੀ ਦੇ ਨਾਲ ਰਹਿੰਦਾ ਹੁੰਦਾ ਸੀ। ਉਸ ਕੁੱਤੇ ਨੇ ਵੀ ਉਸੇ ਵੇਲੇ ਜੀ ਬਾਬਾ ਜੀ ਦੇ ਸਰੀਰ ਛੱਡਣ ਤੋਂ ਬਾਅਦ ਜੀ ਉਸਨੇ ਵੀ ਆਪਣਾ ਸਰੀਰ ਛੱਡ ਦਿੱਤਾ ਸੀਗਾ ਜੀ। ਇਹ ਆ ਜ਼ਮੀਨ ਜੀ ਆਪਾਂ ਦੇਖ ਲਈ ਆ ਜਿਸ ਜਗ੍ਹਾ ਬਾਬਾ ਜੀ ਖੇਤੀ ਕਰਦੇ ਹੁੰਦੇ ਸੀਗੇ ਜੀ। ਆਪਾਂ ਸਭ ਨੇ ਮਿਲ ਕੇ ਜੀ ਗੋਖੇ ਦੀ ਛੱਪੜੀ, ਪੱਕਾ ਭੂਰਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਰੀਰੋ ਸਾਹਿਬ ਅਤੇ ਬਾਬਾ ਅਤਰ ਸਿੰਘ ਜੀ ਦੀ ਜ਼ਮੀਨ ਦੇਖ ਲਈ ਹੈ ਜਿੱਥੇ ਉਹ ਖੇਤੀ ਕਰਦੇ ਹੁੰਦੇ ਸਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਵੀਡੀਓ ਨੂੰ ਲਾਈਕ ਕਰਿਓ। ਜੇਕਰ ਤੁਸੀਂ ਹਾਲ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਦੇ ਉੱਤੇ ਜੀ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।